ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਇਹਨੂੰ। ਸੋ ਮੌਜੂਦਾ ਸਰਕਾਰ ਨੂੰ ਬੱਚੋ 3 ਸਾਲ ਹੋਣ ਜਾ ਰਹੇ ਹੈ, 3ਜਾ ਸਾਲ ਇਹਨਾਂ ਦਾ ਚੱਲ ਰਿਹਾ ਹੈ, ਅਤੇ ਕੰਪੀਟੀਟਿਵ ਐਗਜ਼ਾਮਸ ਦਾ ਜੋ ਮਾਹੌਲ ਦੇਖਣ ਨੂੰ ਮਿਲਿਆ ਉਹ ਲਾਜਵਾਬ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤਾਂ ਐਂ ਹਿਸਾਬ ਲਾਓ ਵੀ ਅਗਲੇ 2 ਸਾਲਾਂ ਦੇ ਵਿੱਚ ਨੌਜਵਾਨਾਂ ਦੇ ਲਈ ਕੀ ਗੱਫੇ ਹੋ ਸਕਦੇ ਹੈ, ਕਿਉਂਕਿ ਆਪਣੇ ਤਾਂ ਦੇਸ਼ ਦੇ ਵਿੱਚ ਵੈਸੇ ਵੀ ਇੱਕ ਰਵਾਇਤ ਹੈ ਵੀ ਜਾਂਦੀ ਸਰਕਾਰ ਲੋਕਾਂ ਦੀਆਂ ਝੋਲੀਆਂ ਭਰਦੀ ਹੈ, ਆਉਂਦੇ ਇਹ ਕੱਖ ਨਹੀਂ ਕਰਦੇ ਹੁੰਦੇ ਅਤੇ ਜਾਂਦੇ ਜਾਂਦੇ ਲੋਕਾਂ ਦੇ ਕਾਲਜ ਠਾਰ ਦਿੰਦੇ ਹੈ। ਬਟ ਇਹ ਵੀ ਸੋਚ ਕੇ ਦੇਖੋ ਵੀ ਪਿਛਲੇ 3 ਸਾਲ ਤੋਂ ਲਗਾਤਾਰ ਬੱਚਾ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ, ਤਾਂ ਜਿਹਦੇ ਨਾਲ ਫਿਰ ਕੀ ਹੈ ਜੋ ਕੰਪੀਟੀਸ਼ਨ ਐਗਜ਼ਾਮਸ ਦੀ ਜਿਹੜੀ ਪ੍ਰੈਪਰੇਸ਼ਨ ਹੈ ਜਾਂ ਕਹ ਲਓ ਮੈਰਿਟ ਲਿਸਟ ਹੈ, ਜਿਹਨਾਂ ਨੂੰ ਨਿਯੁਕਤੀ ਪੱਤਰ ਮਿਲਦੇ ਹੈ, ਉਹ 7ਵੇਂ ਆਸਮਾਨ 'ਤੇ ਕੰਪੀਟੀਸ਼ਨ ਪਹੁੰਚ ਚੁੱਕੇ ਹੈ। 100 ਮੀਟਰ ਦੀ ਰੇਸ ਵਾਲਾ ਕੰਮ ਹੋਇਆ ਪਿਆ, ਜਿੱਤ ਹਾਰ ਦਾ ਫਾਸਲਾ ਜਮ੍ਹਾਂ ਸ਼ੋ ਹੀ ਨਹੀਂ ਹੋ ਰਿਹਾ, ਪੁਆਇੰਟਾਂ 'ਤੇ ਗੇਮਾਂ ਪਲਟ ਰਹੀਆਂ ਨੇ, ਪੁਆਇੰਟਾਂ 'ਤੇ ਗੇਮਾਂ। ਤਾਂ ਅਕਸਰ ਕਿਹਾ ਜਾਂਦਾ ਫਿਰ ਇਹਦੇ ਲਈ ਤੁਹਾਨੂੰ ਕੀ ਚਾਹੀਦਾ, ਜਿਵੇਂ ਇੱਕ ਲਾਈਨ ਹੁੰਦੀ ਹੈ ਵੀ ਸਹੀ ਕੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਮੇਰੇ ਹਿਸਾਬ ਨਾਲ ਸਹੀ ਕੋਚ ਹੁਣ ਕੁਛ ਨਹੀਂ ਕਰ ਸਕਦਾ, ਹੁਣ ਤਾਂ ਸਹੀ ਕੋਚਸ ਦੀ ਟੀਮ ਦਾ ਹੋਣਾ ਬਹੁਤ ਜ਼ਰੂਰੀ ਹੈ। ਟੀਮ ਇੱਕ ਜ਼ਬਰਦਸਤ ਲੈਵਲ ਦੀ ਜਿਹੜੀ ਬੱਚੋ ਆਪਣੀ ਤੁਸੀਂ ਆਲਰੇਡੀ ਪਿਛਲੇ 2 ਸਾਲਾਂ ਤੋਂ ਲਗਾਤਾਰ ਦੇਖ ਰਹੇ ਹੋ, ਇੰਗਲਿਸ਼ ਤੋਂ ਲੈ ਕੇ ਪੰਜਾਬੀ ਤੱਕ, GK ਤੋਂ ਲੈ ਕੇ ਮੈਥ, ਰੀਜਨਿੰਗ, ਇੰਗਲਿਸ਼, ਪੰਜਾਬੀ, ਕੰਪਿਊਟਰ, ਜੋ ਵੀ ਆਪਣੇ ਸੈਕਸ਼ਨ ਹੈ ਉਹ ਟੀਮ ਕੋਚਸ 'ਤੇ ਆਪਾਂ ਪ੍ਰੋਵਾਈਡ ਕਰਵਾ ਰਹੇ ਹਾਂ। ਅਤੇ ਸਭ ਤੋਂ ਵੱਡੀ ਗੱਲ, ਬ੍ਰੈਂਡ ਨਿਊ ਫਰੈਸ਼ ਬੈਚ ਬੱਚੋ ਆਪਣਾ ਫਿਰ ਸਟਾਰਟ ਹੋਣ ਜਾ ਰਿਹਾ ਹੈ ਆਉਂਦੀ 20 ਅਗਸਤ, ਰਾਈਟ ਆਫਟਰ ਰਕਸ਼ਾ ਬੰਧਨ। ਸੋ ਰੱਖੜੀਆਂ ਤਿਉਹਾਰ ਤੋਂ ਬਾਅਦ ਅਗਲੇ ਦਿਨ ਫਿਰ ਆਪਾਂ ਇਹ ਤੁਹਾਡੇ ਕਰੀਅਰ ਦੀ ਸਭ ਤੋਂ ਧਮਾਕੇਦਾਰ ਜਰਨੀ ਸਟਾਰਟ ਕਰਨ ਜਾ ਰਹੇ ਹਾਂ। ਆਉਂਦੇ 2 ਸਾਲਾਂ ਅੰਦਰ ਜੋ ਵੀ ਇਗਜ਼ਾਮ ਆਉਣਗੇ ਤਾਂ ਉਹਦੇ ਲਈ ਫਿਰ ਤੁਸੀਂ ਇੱਕ ਵਾਰ ਜੇਕਰ ਬੈਚ ਲਾਓਗੇ, ਸਿਲੇਬਸ ਨੂੰ ਅੱਖਾਂ ਥਾਈਂ ਟਪਾਓਗੇ, ਤਾਂ ਕਿਤੇ ਜਾ ਕੇ ਤੁਸੀਂ ਕੰਪੀਟੀਸ਼ਨ ਦੀ ਜਿਹੜੀ ਰੇਸ ਹੈ ਉਹਦੇ ਵਿੱਚ ਪਾਰਟੀਸਿਪੇਟ ਕਰ ਸਕੋਗੇ। ਸੋ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਣਾ। ਸੋ ਬਹੁਤ ਹੀ ਜਲਦ, 1 ਹਫ਼ਤਾ ਜਸਟ ਆਪਣੇ ਕੋਲ ਰਹਿ ਚੁੱਕਿਆ, 1 ਹਫ਼ਤੇ ਵੀ ਘੱਟ ਸਮਾਂ ਰਹਿ ਚੁੱਕਿਆ। ਸੋ ਜਲਦ ਜਲਦ ਵਿੱਚੋਂ ਤੁਸੀਂ ਆਪਦੀ ਇਸ ਦਿੱਤੇ ਹੋਏ ਕੰਟੈਕਟ ਨੰਬਰ 'ਤੇ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਜੇ ਕੋਈ ਦਿਮਾਗ ਦੇ ਵਿੱਚ ਕੁਐਰੀ ਹੈ ਤਾਂ ਉਹਦਾ ਵੀ ਤੁਸੀਂ ਸਾਡੇ ਨਾਲ ਇਸ ਕੁਐਰੀ ਨੂੰ ਸੋਲਵ ਕਰ ਸਕਦੇ ਹੋ। ਹੋਰ ਵੀ ਤੁਸੀਂ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ ਕੰਪੀਟੀਸ਼ਨ ਐਗਜ਼ਾਮ ਦੇ ਰਿਗਾਰਡਿੰਗ, ਜਾਂ ਕਹਿ ਲਓ ਵੀ ਆਪਣੇ ਸਿਲੇਬਸ ਦੇ ਰਿਗਾਰਡਿੰਗ, ਟੀਚਰਸ ਦੇ ਰਿਗਾਰਡਿੰਗ, ਜੋ ਵੀ ਦਿਮਾਗ, ਜੋ ਵੀ ਸ਼ੰਕਾ ਹੈ ਉਹ ਤੁਸੀਂ ਦੂਰ ਕਰ ਸਕਦੇ ਹੋ। ਅਤੇ ਮਿਲਦੇ ਹਾਂ ਫਿਰ ਆਪਾਂ ਧਮਾਕੇਦਾਰ ਕਲਾਸਿਸ ਦੇ ਵਿੱਚ ਆਉਂਦੀ 20 ਅਗਸਤ ਨੂੰ। ਗੁੱਡ ਨਾਈਟ ਹੈ ਬੱਚੋ, ਸਵੀਟ ਡ੍ਰੀਮਸ ਹੈ, ਟੇਕ ਕੇਅਰ ਹੈ।